ਨਮਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਵਾਦ ਅਗਰ ਕਹਿ ਲਿਆ ਜਾਵੇ ਕਿ ਦੋਹਾਂ ਦਾ ਚੋਲੀ ਦਾਮਣ ਵਾਲਾ ਸਾਥ ਆ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਹਾਂ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਵਾਦ ਅਗਰ ਕਹਿ ਲਿਆ ਜਾਵੇ ਕਿ ਦੋਵਾਂ ਦਾ ਚੋਲੀ ਦામਣ ਵਾਲਾ ਸਾਥ ਆ ਤਾਂ ਇਹਦੇ ਵਿੱਚ ਕੋਈ ਅਤਕਤਨੀ ਨਹੀਂ ਹੋਵੇਗੀ ਹਾਲੇ ਦਰਜੀ ਵਾਲਾ ਮਾਮਲਾ ਤੇ ਉਸ ਤੋਂ ਪਹਿਲਾਂ ਸੁਖਬੀਰ ਵਾਲਾ ਮਾਮਲਾ ਠੰਡਾ ਨਹੀਂ ਹੋਇਆ ਕਿ ਹੁਣ ਫਰੀਦਕੋਟ ਦੇ ਵਿੱਚ ਸ਼ੀਨਮ ਨੂੰ ਹੋਸ਼ ਆ ਗਈ ਹੈ ਉਹਨੇ ਹੋਸ਼ ਆਉਂਦਿਆਂ ਹੀ ਦੋ ਪੇਜਾਂ ਦਾ ਇੱਕ ਬਿਆਨ ਪੰਜਾਬ ਦੇ ਡੀਜੀਪੀ ਨੂੰ ਮੇਲ ਕੀਤਾ ਤੇ ਉਸ ਦੇ ਨਾਲ ਨਾਲ ਐਸਐਸਪੀ ਫਰੀਦਕੋਟ ਨੂੰ ਮੇਲ ਕਰਕੇ ਰਾਜਾ ਵੜਿੰਗ ਤੇ ਉਸ ਦੇ ਰਿਸ਼ਤੇਦਾਰ ਡਿੰਪੀ ਵਨੈਕ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਕੀ ਹੈ ਮਾਮਲਾ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਪਹਿਲੀ ਵਾਰ ਹੀ ਆਏ ਹੋ ਤੇ ਕਿਰਪਾ ਕਰਕੇ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ Facebook ਚੈਨਲ ਨੂੰ ਫਾਲੂ ਕਰ ਲੋ ਤਾਂ ਕਿ ਅਸੀਂ ਜਦੋਂ ਵੀ ਕੋਈ ਹੋਰ ਵੀਡੀਓ ਪਾਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਸਕੇ ਗੱਲ ਕਰਦੇ ਆਂ 5 ਫਰਵਰੀ ਦੀ ਜਦੋਂ ਫਰੀਦਕੋਟ ਦੇ ਇੱਕ ਬਿਜਲੀ ਠੇਕੇਦਾਰ ਜਿਹੜਾ ਕਿ ਸਟਰੀਟ ਲਾਈਟਾਂ ਦੇ ਅਤੇ ਬਿਜਲੀ ਨਾਲ ਸਬੰਧਤ ਹੋਰ ਠੇਕੇ ਲੈਂਦਾ ਸੀ ਕਰਨ ਘਟਾਰੀਆ ਉਸ ਦੀ ਉਸ ਨੇ 5 ਫਰਵਰੀ ਨੂੰ ਸਵੇਰ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਸ ਤੋਂ ਪਹਿਲਾਂ ਆਪਣੇ ਦੋ ਮਾਸੂਮ ਬੱਚਿਆਂ ਅਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਗੁਨਾ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਕਰਨ ਕਟਾਰੀਆ ਦੀ ਵੀ ਮੌਤ ਹੋ ਗਈ। ਪਰ ਸ਼ਿਨਮ ਦੇ ਗੋਲੀਆਂ ਲੱਗੀਆਂ ਅਤੇ ਜ਼ਖਮੀ ਹੋਈ ਤੇ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦਾਖਲ ਕਰਾਇਆ ਤੇ ਉਸ ਤੋਂ ਬਾਅਦ ਲੁਧਿਆਣਾ ਦੇ ਵੱਡੇ ਹਸਪਤਾਲ ਭੇਜ ਦਿੱਤਾ ਗਿਆ। ਹੁਣ ਉਸ ਨੂੰ ਹੋਸ਼ ਆਈ ਤੇ ਉਹ ਆਪਣੇ ਬੱਚਿਆਂ ਬਾਰੇ ਤੇ ਆਪਣੇ ਪਤੀ ਬਾਰੇ ਪੁੱਛ ਰਹੀ ਹੈ। ਨਾਲ ਦੀ ਨਾਲ ਉਹਨੇ ਇਹ ਬਿਆਨ ਦਿੱਤਾ ਕਿ ਰਾਜਾ ਵੜਿੰਗ ਤੇ ਉਸ ਦਾ ਇਹ ਰਿਸ਼ਤੇਦਾਰ ਡਿੰਪੀ ਬਨਾਇਕ ਉਹਨਾਂ ਦੇ ਪਤੀ ਨੂੰ ਪਰੇਸ਼ਾਨ ਕਰਦਾ ਸੀ। ਕਰਨ ਕਟਾਰੀਆ ਨੇ ਕੁਝ ਠੇਕੇ ਸਟਰੀਟ ਲਾਈਟ ਦੇ ਅਤੇ ਕੁਝ ਢੋਟੋ ਢਵਾਈ ਦੇ ਜਿਹੜੀ ਫਸਲਾਂ ਦੀ ਢੋਟੋ ਢਵਾਈ ਮੰਡੀਆਂ ਚ ਕਰਦੇ ਆ ਉਹ ਰਾਜਾ ਵੜਿੰਗ ਤੇ ਰਿਸ਼ਤੇਦਾਰਾਂ ਨਾਲ ਕੇ ਲੈ ਸੀ ਪਰ ਉਹਨਾਂ ਨੂੰ ਢੋਟੋ ਢਵਾਈ ਦੇ ਵਿੱਚ ਕੋਈ ਖਾਸ ਪੈਸੇ ਨਹੀਂ ਬਚੇ ਜਿਹੜੇ ਸੁਸਾਈਡ ਨੋਟ ਦੇ ਵਿੱਚ ਉਸਨੇ ਆਪਣੀਆਂ ਲਿਸਟਾਂ ਬਣਾ ਕੇ ਦਿੱਤੀਆਂ ਕਰਨ ਘਟਾਰੀਆ ਨੇ ਲਿਖਿਆ ਉਹਦੇ ਵਿੱਚ ਉਸਨੇ ਸਾਫ਼ ਲਿਖਿਆ ਕਿ ਕਰੋੜਾਂ ਰੁਪਈਆ ਉਸਨੇ ਲੈਣਾ ਹੈ ਤੇ ਇਹ ਪੈਸੇ ਰਾਜਾ ਵੜਿੰਗ ਅਤੇ ਉਸਦੇ ਜਿਹੜਾ ਰਿਸ਼ਤੇਦਾਰ ਆ ਉਹਨਾਂ ਪਾਸੋਂ ਵੀ ਲੈਣੇ ਆ ਤੇ ਉਹ ਹੁਣ ਪੈਸੇ ਉਸ ਨੂੰ ਦੇ ਨਹੀਂ ਰਹੇ ਤੇ ਜੇ ਮਗਧਾਂ ਤੋਂ ਉਸ ਨੂੰ ਤਾਂ ਕੀ ਦੰਦੇ ਆ ਹੁਣ ਸ਼ੀਨਮ ਜਿਹੜੀ ਉਸ ਵੇਲੇ ਇਸ ਹਮਲੇ ਦੇ ਵਿੱਚ ਬਚ ਗਈ ਸੀ ਉਹ ਹੋਸ਼ ਵਿੱਚ ਆਈ ਹੈ ਉਸ ਨੇ ਦੋ ਪੇਜਾਂ ਦਾ ਜਿਹੜਾ ਬਿਆਨ ਲਿਖ ਕੇ ਮੇਲ ਕੀਤਾ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਫਰੀਦਕੋਟ ਨੂੰ ਆਓ ਤੁਹਾਨੂੰ ਉਸ ਦਾ ਇੱਕ ਇੱਕ ਅੱਖਰ ਪੜ੍ਹ ਕੇ ਸੁਣਾਉਣੇ ਆ ਕਿ ਉਸ ਨੇ ਕੀ ਕਿਹਾ ਇਸ ਬਿਆਨ ਦੇ ਵਿੱਚ ਬਿਆਨ ਸ਼ੀਨਮ ਉਮਰ ਕਰੀਬ 33 ਸਾਲ ਪਤਨੀ ਕਰਨ ਕਟਾਰੀਆ ਵਾਸੀ ਗਲੀ ਨੰਬਰ 3 ਨਰੈਣ ਨਗਰ ਫਰੋਜ਼ਪੁਰ ਰੋਡ ਫਰੀਦਕੋਟ ਬਿਆਨ ਕੀਤਾ ਕਿ ਮੇਰਾ ਵਿਆਹ ਕਰਨ ਕੁਟਾਰੀਆ ਨਾਲ 2013 ਵਿੱਚ ਹੋਇਆ ਸੀ ਅਤੇ ਇਸ ਸ਼ਾਦੀ ਵਿੱਚੋਂ ਸਾਡੇ ਦੋ ਬੱਚੇ ਇੱਕ ਲੜਕਾ ਰੋਇਸ ਅਤੇ ਇੱਕ ਲੜਕੀ ਜੈਸਵੀ ਪੈਦਾ ਹੋਏ ਮੇਰਾ ਘਰ ਵਾਲਾ ਤੇ ਮੇਰਾ ਦਿਉਰ ਠੇਕੇਦਾਰੀ ਦਾ ਕੰਮ ਫਰੀਦਕੋਟ ਤੇ ਸ਼੍ਰੀ ਮੁਕਸਰ ਸਾਹਿਬ ਫਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ 2012-13 ਤੋਂ ਕਰ ਰਹੇ ਹਨ ਜੋ ਕਿ ਠੇਕੇਦਾਰੀ ਦੇ ਕੰਮ ਕਰਦੇ ਦੌਰਾਨ ਇਹਨਾਂ ਦੀ ਜਾਣ ਪਹਿਚਾਨ ਸਿਆਸੀ ਲੀਡਰ ਰਾਜਾ ਵੜਿੰਗ ਉਨ ਜੋਕੇ ਗਿੱਦੜਬਾਹਾ ਦਾ ਐਮਐਲਏ ਹੈ ਅਤੇ ਉਸ ਦੇ ਰਿਸ਼ਤੇਦਾਰ ਡਿੰਪੀ ਬਨਾਇਕ ਨਾਲ ਹੋਗੀ ਹਾਲਾਂਕਿ ਇਹਦੇ ਵਿੱਚ ਉਸਨੇ ਉਸ ਦੀ ਰਿਸ਼ਤੇਦਾਰੀ ਲਿਖੀ ਹੈ ਗਿੱਦੜਬਾਹ ਹਲਕੇ ਵਿੱਚ ਮੇਰੇ ਪਤੀ ਅਤੇ ਮੇਰੇ ਦਿਓਰ ਵੱਲੋਂ ਠੇਕੇਦਾਰੀ ਕਰਨ ਦੇ ਸਮੇਂ ਦੌਰਾਨ ਢੁਆ ਢਾਈ ਅਤੇ ਬਿਜਲੀ ਦੇ ਕੰਮਾਂ ਦਾ ਠੇਕਾ ਲਿਆ ਗਿਆ ਸੀ ਤੇ ਇੱਥੇ ਕੰਮ ਕਰਨ ਦੌਰਾਨ ਪਿਛਲੇ ਕੁਝ ਸਮੇਂ ਤੋਂ ਮੇਰਾ ਪਤੀ ਪਰੇਸ਼ਾਨੀ ਦੀ ਹਾਲਤ ਵਿੱਚ ਰਹਿਣ ਲੱਗ ਪਿਆ ਸੀ ਮੇਰੇ ਵਾਰ-ਵਾਰ ਪੁੱਛਣ ਤੇ ਉਸਨੇ ਮੈਨੂੰ ਇਹ ਦੱਸਿਆ ਕਿ ਗਿੱਦੜਬਾਹਾ ਹਲਕੇ ਵਿੱਚ ਜਿੰਨਾ ਵੀ ਸਰਕਾਰੀ ਢੋਟ ਢੁਆਈ ਅਤੇ ਬਿਜਲੀ ਦਾ ਕੰਮ ਦੀ ਠੇਕੇਦਾਰੀ ਦਾ ਕੰਮ ਕੀਤਾ ਗਿਆ ਹੈ ਉਸ ਵਿੱਚੋਂ ਬਹੁਤਾ ਵੱਡਾ ਹਿੱਸਾ ਡਿੰਪੀ ਬਨਾਇਕ ਤੇ ਰਾਜਾ ਵੜਿੰਗ ਮੈਨੂੰ ਡਰਾ ਧਮਕਾ ਕੇ ਐਡਵਾਂਸ ਲੈ ਗਏ ਹਨ ਜਿਸ ਕਾਰਨ ਮੇਰੇ ਪੱਲੇ ਕੁਝ ਨਹੀਂ ਰਿਹਾ ਅਤੇ ਇਹਨਾਂ ਵੱਲੋਂ ਮੇਰੇ ਤੋਂ ਲਈ ਰਕਮ ਤਕਰੀਬਨ ਕਰੋੜਾ ਰੁਪਏ ਬਣਦੀ ਹੈ ਜਦੋਂ ਵੀ ਮੈਂ ਆਪਣੇ ਪੈਸੇ ਵਾਪਸ ਮੰਗਦਾ ਹਾਂ ਤਾਂ ਮੈਨੂੰ ਸਿਆਸੀ ਰੋਹ ਦਿਖਾਉਂਦੇ ਹਨ ਅਤੇ ਡਰਾ ਤਮਤਾ ਕੇ ਚੁੱਪ ਕਰਵਾ ਦਿੰਦੇ ਹਨ ਅਤੇ ਇਹ ਵੀ ਧਮਕਾਉਂਦੇ ਹਨ ਕਿ ਜੇਕਰ ਤੁਸੀਂ ਗਿੱਦੜ ਵਹਾ ਜਾਂ ਮੁਕਸਰ ਹਲਕੇ ਵਿੱਚ ਕੰਮ ਕਰਨਾ ਹੈ ਤਾਂ ਤੁਹਾਨੂੰ ਪਹਿਲਾਂ ਦਿੱਤੇ ਪੈਸੇ ਭੁੱਲ ਕੇ ਹੋਰ ਪੈਸੇ ਦੇਣੇ ਪੈਣਗੇ ਮੇਰੇ ਪਤੀ ਨੇ ਮੈਨੂੰ ਇਹ ਵੀ ਕਿਹਾ ਕਿ ਮੈਂ ਪਹਿਲਾਂ ਕਿ ਉਹਨਾਂ ਦਾ ਬਹੁਤ ਘਰ ਭਰ ਚੁੱਕਿਆ ਹਾਂ ਤੇ ਹੁਣ ਆਪਣੇ ਬੱਚਿਆਂ ਦੇ ਮੂੰਹ ਰੋਟੀ ਖੋ ਕੇ ਹੋਰ ਕਿੱਥੋਂ ਦੇਵਾਂ ਮੇਰਾ ਤਾਂ ਜੀ ਕਰਦਾ ਹੈ ਕਿ ਮੈਂ ਆਪਣੇ ਆਪ ਨੂੰ ਖਤਮ ਹੀ ਕਰ ਲਵਾਂ ਪਰੰਤੂ ਤੇਰੇ ਅਤੇ ਬੱਚਿਆਂ ਦੇ ਮੂੰਹ ਵੱਲ ਵੇਖ ਕੇ ਚੁੱਪ ਹਾਂ ਪਹਿਲਾਂ ਕੀਤੇ ਗਏ ਸਾਰੇ ਲੈਣ ਦੇਣ ਦੀ ਰਕਮ ਮੇਰੇ ਪਤੀ ਅਤੇ ਅੰਕਿਤ ਵੱਲੋਂ ਜੋ ਕਿ ਉਸ ਦਾ ਦਿਓਰ ਹੈ ਡਿੰਪੀ ਵਿਨਾਇਕ ਅਤੇ ਰਾਜਾ ਵੜਿੰਗ ਦੀ ਮੰਗ ਅਨੁਸਾਰ ਸਮੇਂ-ਸਮੇਂ ਤੇ ਦਿੱਤੀ ਗਈ ਸੀ ਅਤੇ ਇਸ ਤੋਂ ਇਲਾਵਾ ਹੋਰ ਵੀ ਜੋ ਲੈਣਾ ਦੇਣਾ ਸੀ ਉਹ ਸਾਰਾ ਮੇਰੇ ਦਿਓਰ ਅੰਕਿਤ ਨੂੰ ਪਤਾ ਹੈ ਕਿਉਂਕਿ ਮੇਰਾ ਦਿਓਰ ਅੰਕਿਤ ਮੇਰੇ ਪਤੀ ਨਾਲ ਕੰਮ ਕਰਦਾ ਸੀ ਅਤੇ ਉਹ ਉਸ ਨੂੰ ਸਾਰਾ ਹਿਸਾਬ ਕਿਤਾਬ ਦੱਸਦਾ ਰਹਿੰਦਾ ਸੀ ਮਿਤੀ 5 ਫਰਵਰੀ ਨੂੰ ਮੇਰੇ ਪਤੀ ਬਹੁਤ ਜ਼ਿਆਦਾ ਪਰੇਸ਼ਾਨ ਸੀ ਅਤੇ ਰਾਤ ਨੂੰ ਸੌਣ ਸਮੇਂ ਅੱਗੇ ਨਾਲੋਂ ਵੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਸੀ ਅਤੇ ਵਾਰ-ਵਾਰ ਆਪਣੇ ਕਾਰੋਬਾਰ ਅਤੇ ਲੈਣ-ਦੇਣ ਸੰਬੰਧੀ ਰਾਜਾ ਵੜਿੰਗ ਤੇ ਉਸ ਦੇ ਰਿਸ਼ਤੇਦਾਰ ਵੱਲੋਂ ਤੰਗ ਪਰੇਸ਼ਾਨ ਕਰਨ ਦੀਆਂ ਗੱਲਾਂ ਕਰ ਰਹੇ ਸੀ ਮੈਂ ਇਹ ਸਭ ਚੁੱਪ ਕਰਕੇ ਸੁਣਦੀ ਰਹੀ ਕਿ ਮੇਰੇ ਨਾਲ ਗੱਲਾਂ ਕਰਕੇ ਉਸ ਦਾ ਮਨ ਹਲਕਾ ਹੋ ਜਾਵੇਗਾ ਤੇ ਉਹਨਾਂ ਨੂੰ نیند ਆ ਜਾਵੇਗੀ ਇਸੇ ਤਰ੍ਹਾਂ ਗੱਲਾਂ ਕਰਦੇ ਕਰਦੇ ਮੈਨੂੰ نیند ਆ ਗਈ ਤੇ ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰੇ ਪਤੀ ਸੁੱਤੇ ਕਿ ਨਹੀਂ ਅਚਾਨਕ ਫਾਇਰ ਦੀ ਆਵਾਜ਼ ਸੁਣ ਕੇ ਮੇਰੀ ਜਾਗ ਖੁੱਲ ਗਈ ਅਤੇ ਇਸ ਤੋਂ ਪਹਿਲਾਂ ਕਿ ਮੈਂ ਉੱਠ ਕੇ ਕੁਝ ਦੇਖ ਸਕਦੀ ਮੇਰੇ ਪਤੀ ਨੇ ਸਿੱਧਾ ਮੇਰੇ ਵੱਲ ਫਾਇਰ ਕੀਤਾ ਜੋ ਮੇਰੇ ਮੂੰਹ ਪਰ ਲੱਗਾ ਅਤੇ ਜਦੋਂ ਕੁਝ ਦੇਰ ਬਾਅਦ ਮੈਂ ਖੁਦ ਨੂੰ ਸੰਭਾਲਿਆ ਤਾਂ ਦੇਖਿਆ ਕਿ ਮੇਰੇ ਦੋਨਾਂ ਬੱਚਿਆਂ ਦੇ ਗੋਲੀ ਵੱਜੀ ਹੋਈ ਹੈ ਅਤੇ ਮੇਰੇ ਪਤੀ ਨੇ ਖੁਦ ਨੂੰ ਵੀ ਗੋਲੀ ਮਾਰ ਲਈ ਸੀ ਇਸ ਤੋਂ ਬਾਅਦ ਮੈਨੂੰ ਫਰੀਦਕੋਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੁਣ ਮੈਨੂੰ ਹੋਸ਼ ਆਉਣ ਤੇ ਪਤਾ ਲੱਗਿਆ ਹੈ ਕਿ ਮੈਂ ਲੁਧਿਆਣਾ ਦਾਖਲ ਹਾਂ ਮੇਰੇ ਬੱਚਿਆਂ ਤੇ ਪਤੀ ਦਾ ਕੀ ਹਾਲ ਹੈ ਮੈਨੂੰ ਦੱਸਿਆ ਜਾਵੇ ਅਤੇ ਮੈਨੂੰ ਉਹਨਾਂ ਨਾਲ ਮਿਲਾਇਆ ਜਾਵੇ ਇਹ ਸਾਰਾ ਵਾਕਿਆ ਰਾਜਾ ਵਰਿੰਗ ਅਤੇ ਉਸਦੇ ਰਿਸ਼ਤੇਦਾਰ ਡਿੰਪੀ ਵਨਾਇਕ ਵੱਲੋਂ ਮੇਰੇ ਘਰਵਾਲੇ ਨੂੰ ਪੈਸੇ ਵਾਪਸ ਨਾ ਕਰਨ ਅਤੇ ਹੋਰ ਪੇਸ਼ਾ ਲਈ ਡਰਾਉਨ ਧਮਕਾਉਣ ਕਾਰਨ ਮੇਰੇ ਪਤੀ ਵੱਲੋਂ ਮਾਨਸਿਕ ਪਰੇਸ਼ਾਨੀ ਵਿੱਚ ਕੀਤਾ ਗਿਆ ਹੈ ਇਸ ਦੇ ਸੱਲੇ ਸੀਨਮ ਨੇ ਦੋਨਾਂ ਪੇਜਾਂ ਤੇ ਸਾਈਨ ਕੀਤੇ ਹਨ ਤੇ ਇਹ ਦੋਨੇ ਪੇਜ ਡੀਜੀਪੀ ਪੰਜਾਬ ਅਤੇ ਐਸਐਸਪੀ ਫਰੀਦਕੋਟ ਨੂੰ ਕਾਰਵਾਈ ਲਈ ਭੇਜ ਦਿੱਤੇ ਗਏ ਹਨ ਹਾਲਾਂਕਿ ਇਸ ਸਬੰਧੀ ਜਦੋਂ ਰਾਜਾ ਵੜਿੰਗ ਨਾਲ ਸਾਡੇ ਕੁਝ ਪੱਤਰਕਾਰਾਂ ਨੇ ਸੰਪਰਕ ਕੀਤਾ ਤਾਂ ਉਹਨਾਂ ਸਪਸ਼ਟ ਕਿਹਾ ਕਿ ਉਸ ਦਾ ਰਾਜਨੀਤਿਕ ਕੈਰੀਅਰ ਖਤਮ ਕਰਨ ਦੇ ਲਈ ਕੁਝ ਉਹਨਾਂ ਦੇ ਸਿਆਸੀ ਵਿਰੋਧੀ ਇਸ ਮਾਮਲੇ ਦੇ ਵਿੱਚ ਮਾਮਲੇ ਨੂੰ ਬਿਨਾਂ ਵਜ੍ਹਾ ਤੂਲ ਦੇ ਰਹੇ ਹਨ ਰਾਜਾਪੁਰ ਨੇ ਕਿਹਾ ਕਿ ਇਹ ਪੂਰਾ ਕੇਸ ਇੱਕ ਸਿਆਸੀ ਸਾਜ਼ਿਸ਼ ਦੀਨ ਬਣਾਇਆ ਅਤੇ ਬਣਾਇਆ ਜਾ ਰਿਹਾ ਹੈ